ਕੱਲ੍ਹ ਲੁਧਿਆਣਾ ਵਿਖੇ ਟਿੱਪਰ ਐਸੋਸੀਏਸ਼ਨ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਮੈਂਬਰ ਇਕੱਠੇ ਹੋ ਕੇ ਡੀਸੀ ਦਫ਼ਤਰ ਵਿਖੇ ਪਹੁੰਚੇ। ਉਹਨਾਂ ਦੇ ਵੱਲੋਂ ਡੀਸੀ ਦੇ ਅੱਗੇ ਰਾਹੋਂ ਰੋਡ ਨੂੰ ਜਲਦ ਤੋਂ ਜਲਦ ਬਣਾਉਣ ਦੀ ਮੰਗ ਰੱਖੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਵੀ ਰਾਹੋਂ ਰੋਡ ਦੇ ਬਾਰੇ ਬਹੁਤ ਸਾਰੇ ਦਾਅਵੇ ਅਤੇ ਵਾਅਦੇ ਕੀਤੇ ਸੀ ਕਿ ਜਲਦ ਤੋਂ ਜਲਦ ਰੋਡ ਬਣਾ ਦਿੱਤਾ ਜਾਵੇਗਾ, ਪਰ ਹੁਣ ਤੱਕ ਰੋਡ ਨਹੀਂ ਬਣਾਇਆ ਗਿਆ, ਜਿਸ ਦੇ ਚੱਲਦਿਆਂ ਬਹੁਤ ਜ਼ਿਆਦਾ ਦਿੱਕਤਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਹੈ। ਅਤੇ ਹੁਣ ਜੇਕਰ ਇਹ ਰੋਡ ਨਾ ਬਣਾਇਆ ਗਿਆ ਤਾਂ ਸਰਕਾਰਾਂ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਤਲਬ ਅਸੀਂ ਰਾਹੋਂ ਰੋਡ ਕਰਕੇ ਮਤਲਬ ਅੱਜ ਪ੍ਰਦਰਸ਼ਨ ਕਰ ਰਹੇ ਹੈਗੇ ਹਾਂ। ਪਿਛਲੇ ਮਤਲਬ 25-30 ਸਾਲਾਂ ਤੋਂ ਮਤਲਬ ਰਾਹੋਂ ਰੋਡ ਜਿਹੜਾ ਇੱਦਾਂ ਦਾ ਹੀ ਟੁੱਟਿਆ ਫੁੱਟਾ ਪਿਆ ਹੈਗਾ। ਤੁਸੀਂ ਦੇਖ ਲਓ ਮੱਤੇ ਆੜਾ ਜਿਹੜਾ ਜੰਗਲ ਆ, ਜੰਗਲ ਤੋਂ ਲੈ ਕੇ ਬਸਤੀ ਚੌਂਕ ਤੱਕ ਇੰਨਾ ਰਸਤਾ ਮਤਲਬ ਖਰਾਬ ਹੈਗਾ, ਉੱਥੋਂ ਲੰਘਣਾ ਮੁਸ਼ਕਿਲ ਆ। ਜਿਹੜਾ 15 ਮਿੰਟ ਦੇ ਵਿੱਚ ਮਤਲਬ ਟ੍ਰੈਫਿਕ ਲੰਘਣਾ ਹੈਗਾ ਉਹਨੂੰ 2-2 ਘੰਟੇ ਲੱਗ ਜਾਂਦੇ ਆ। ਔਰ ਮਤਲਬ ਹਰ ਰੋਜ਼ ਦੀ ਗੱਲ ਆ, ਮਤਲਬ ਉੱਥੇ ਇੰਨੇ ਐਕਸੀਡੈਂਟ ਹੁੰਦੇ ਆ ਰਸਤਾ ਖਰਾਬ ਹੋਣ ਕਰਕੇ। ਜਿਹੜੀਆਂ ਆਪਣੀਆਂ ਅਨਮੋਲੀਆਂ ਮਤਲਬ ਜਾਨਾਂ ਨੇ, ਮਤਲਬ ਇੱਕ ਮੁੰਡੇ ਨੇ ਬਾਹਰ ਜਾਣਾ ਸੀਗਾ, ਮਤਲਬ ਉਹਦਾ ਵੀ ਰੋਡ ਐਕਸੀਡੈਂਟ ਦੇ ਵਿੱਚ ਮਤਲਬ ਜਾਨ ਚਲੀ ਗਈ ਆ। ਉਹਦੇ ਘਰਦਿਆਂ ਨੇ ਮਤਲਬ ਕਿੱਥੋਂ ਕਰਜ਼ਾ ਚੱਕ ਕੇ ਮਤਲਬ ਪੈਸੇ ਲਾਏ ਹੋਣੇ ਆ। ਮਤਲਬ ਪਿਛਲੇ 25-30 ਸਾਲਾਂ ਤੋਂ ਹੀ ਮੈਮੋਰੈਂਡਮ ਦੇ ਰਹੇ ਹਾਂ, ਪਰ ਉਹ ਰੋਡ ਦਾ ਮਤਲਬ ਕੁਛ ਨਹੀਂ ਬਣ ਰਿਹਾ ਹੈਗਾ। ਜਿਹੜੀ ਗੱਲ ਸੁਣਨ ਨੂੰ ਆ ਰਹੀ ਹੈ ਕਿ ਮਤਲਬ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਹੈਗਾ ਉਹਦੇ ਕਰਕੇ ਮਤਲਬ ਰੋਡ ਨਹੀਂ ਬਣ ਰਿਹਾ ਹੈਗਾ, ਮਤਲਬ ਸਰਕਾਰ ਨੂੰ ਇੱਦਾਂ ਲੱਗਦਾ ਹੈਗਾ ਕਿ ਅਗਰ ਉਹ ਰੋਡ ਬਣ ਗਿਆ ਤਾਂ 50% ਸੇਲ ਘੱਟ ਜਾਣੀ ਆ ਉਹਨਾਂ ਦੀ ਟੋਲ ਪਲਾਜ਼ੇ ਦੀ। ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਰੇ ਕੰਮ ਛੱਡ ਕੇ ਮਤਲਬ ਰਾਹੋਂ ਰੋਡ ਨੂੰ ਮਤਲਬ ਬਣਾਇਆ ਜਾਵੇ, ਕਿਉਂਕਿ ਜੋ ਗੱਲਬਾਤ ਹੋਈ ਹੈ ਮਤਲਬ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਹੈਗਾ। ਮਤਲਬ ਕਹਿੰਦੇ ਸਰਕਾਰ ਕੋਲ ਫੰਡ ਨਹੀਂ ਹੈਗਾ, ਮਤਲਬ ਇਹੀ ਗੱਲਾਂ ਸੁਣਨ ਨੂੰ ਮਤਲਬ ਆ ਰਹੀਆਂ ਨੇ। ਮਤਲਬ ਸਾਡੀ ਨਹੀਂ ਕੋਈ, ਮਤਲਬ ਉੱਥੇ ਮਤਲਬ ਲੋਕਾਂ ਕੋਲੋਂ ਹੀ ਅਸੀਂ ਸੁਣਿਆ ਹੈਗਾ। ਇਹ ਜਿਹੜੀਆਂ ਮਤਲਬ ਪਿੰਡਾਂ ਦੀਆਂ ਮਤਲਬ ਸੜਕਾਂ ਨੇ, ਮਤਲਬ ਲੱਗਦਾ ਪ੍ਰਧਾਨ ਮੰਤਰੀ ਯੋਜਨਾ ਦੇ ਅੰਦਰ ਵੀ ਆਉਂਦੀਆਂ ਨੇ, ਪਰ ਜਿਹੜੀ ਬਸਤੀ ਚੌਂਕ ਤੋਂ ਮਤਲਬ ਮੱਤੇ ਵਾਲੇ ਜੰਗਲ ਤੱਕ ਆ ਉਹ ਤਾਂ ਪੰਜਾਬ ਗੌਰਮੈਂਟ ਦੇ ਅੰਡਰ ਹੀ ਆਉਂਦੀਆਂ ਹੈਗੀਆਂ ਨੇ। ਔਰ ਜਦੋਂ ਬਾਰਿਸ਼ ਹੁੰਦੀ ਆ ਉੱਥੇ ਤੁਸੀਂ ਜਾ ਕੇ ਦੇਖ ਲਓ, ਮਤਲਬ ਇੰਨਾ ਪਾਣੀ ਖੜਾ ਹੋ ਜਾਂਦਾ ਵਾ, ਉੱਥੋਂ ਲੰਘਣਾ ਮੁਸ਼ਕਿਲ ਹੋ ਜਾਂਦਾ, ਮੁਸ਼ਕਿਲ ਕੀ ਨਾਮੁਮਕਿਨ ਹੀ ਹੋ ਜਾਂਦਾ। ਇਹ ਸਰ ਇੱਥੇ ਬੈਠੇ ਹੈਗੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਮਤਲਬ ਹੈਗੇ ਨੇ, ਦਿਲਬਾਗ ਸਿੰਘ ਜੀ ਆਏ ਨੇ ਸਾਡੇ ਪ੍ਰਧਾਨ, ਮਤਲਬ ਜਦੋਂ ਤੱਕ ਕਹਿਣਗੇ ਮਤਲਬ ਉਦੋਂ ਤੱਕ ਅਸੀਂ ਬੈਠਾਂਗੇ ਇੱਥੇ। ਚੱਲ ਜਾਂਦਾ ਇੱਕ ਵਾਰੀ MLA ਬਣਦਾ, ਮੁੜ ਕੇ ਸਾਨੂੰ ਉਹ ਕਹਿ ਦਿੰਦਾ ਵੀ ਤੁਸੀਂ ਕੁਛ ਨਹੀਂ ਇੱਥੇ ਤੇ ਲੱਗਦੇ। ਐਕਚੁਅਲੀ ਅਸੀਂ ਹੈਗੇ ਹਾਂ ਜੀ ਆਪਣੇ ਲੁਧਿਆਣਾ ਟਿੱਪਰ ਯੂਨੀਅਨ ਤੋਂ, ਸਾਡੀ ਮੈਂ ਚੇਅਰਮੈਨ ਹਾਂ। ਗੱਲ ਇਹੀ ਆ ਵੀ ਗੱਡੀਆਂ ਵੀ ਨਿਕਲਦੀਆਂ ਆ, ਕੁਛ ਕਿਸਾਨ ਜਥੇਬੰਦੀਆਂ ਜਿਹੜੀਆਂ ਰਾਹੋਂ ਰੋਡ, ਜਿਹੜਾ ਰੋਡ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਉਹਦਾ, ਲੋਕ ਬਹੁਤ ਪਰੇਸ਼ਾਨ ਨੇ। ਸਰਕਾਰ ਨੂੰ ਪਤਾ ਨਹੀਂ ਕਿਉਂ ਦੀਦਾ ਕਿਉਂ ਨਹੀਂ ਦੀਦਾ ਪਿਆ ਕਿ ਦੇਖੋ ਉੱਥੇ ਨਿੱਤ ਨਵਾਂ ਹਾਦਸਾ ਹੁੰਦਾ ਆ। ਹੁਣ ਤੁਸੀਂ ਯਕੀਨ ਕਰਿਓ ਵੀ ਜਿਹੜਾ ਕੱਲ੍ਹ ਇੱਕ ਲੜਕੇ ਦੀ ਡੈਥ ਹੋਈ ਆ, ਉਹ ਬਾਹਰ ਚੱਲਾ ਸੀਗਾ, ਪਤਾ ਨਹੀਂ ਘਰਦਿਆਂ ਨੇ ਕਿੱਦਾਂ ਪੈਸੇ ਇਕੱਠੇ ਕਰਕੇ ਕਿੱਦਾਂ ਕਰਜ਼ਾ ਚੱਕ ਕੇ ਉਹਦਾ ਵੀਜ਼ਾ ਲਵਾਇਆ, ਉਹਦੀ ਤਿਆਰੀ ਕੀਤੀ ਬਾਹਰ ਭੇਜਣ ਦੀ, ਅਤੇ ਉਹ ਵਿਚਾਰੇ ਦਾ ਕੱਲ੍ਹ ਐਕਸੀਡੈਂਟ ਹੋ ਗਿਆ ਅਤੇ ਉਹਦੀ ਜਾਨ ਚਲੀ ਗਈ। ਤੁਸੀਂ ਦੇਖੋ ਸਰਕਾਰ ਨੂੰ ਇਹ ਛੋਟੀਆਂ ਛੋਟੀਆਂ ਗੱਲਾਂ ਸਰਕਾਰ ਵਾਸਤੇ ਲੱਗਦੀਆਂ ਹੋਣਗੀਆਂ, ਪਰ ਇਹ ਜਿਹੜੇ ਬੰਦੇ ਦੀ ਜਾਨ ਚਲੀ ਜਾਂਦੀ ਆ, ਜਿਹਦਾ ਘਰ ਦਾ ਜੀਅ ਚਲਾ ਜਾਂਦਾ ਆ, ਉਹਦੀ ਤਾਂ ਸਾਰੀ ਜ਼ਿੰਦਗੀ ਉਜੜ ਜਾਂਦੀ ਆ। ਸਰਕਾਰ ਨੂੰ ਇਹ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਆ। ਰੋਡ ਦਾ ਵਾਕਈ ਬਹੁਤ ਬੁਰਾ ਹਾਲ ਆ, ਜੇ ਕੋਈ ਭਰਾ ਉੱਥੋਂ ਲੰਘਦਾ ਉਹ ਦੇਖੇ ਆ ਕੇ ਕਿ ਜੇ ਤੁਸੀਂ ਮੱਤੇ ਆੜੇ ਜੰਗਲ ਤੋਂ ਬਸਤੀ ਚੌਂਕ ਜਾਂਦੇ ਆ ਤਾਂ ਤੁਹਾਨੂੰ 1 ਘੰਟਾ ਲੱਗਦਾ ਆ ਉੱਥੇ ਪਹੁੰਚਣ ਨੂੰ। 1 ਘੰਟੇ 'ਚ ਬੰਦਾ ਲੁਧਿਆਣੇ ਤੋਂ ਚੰਡੀਗੜ੍ਹ ਪਹੁੰਚ ਜਾਂਦਾ ਆ। ਤੁਸੀਂ ਦੇਖੋ ਕਿੰਨਾ ਬੁਰਾ ਹਾਲ ਹੋਊਗਾ ਰੋਡ ਦਾ। ਜਦੋਂ ਬਾਰਿਸ਼ ਹੁੰਦੀ ਆ ਤਾਂ ਇਹ ਨਹੀਂ ਪਤਾ ਹੁੰਦਾ ਕਿੱਥੇ ਟੋਏ ਦੇ ਵਿੱਚ ਮੋਟਰਸਾਈਕਲ ਵਾਲੇ ਨੇ, ਟੋਏ ਦੇ ਵਿੱਚ ਹੀ ਡਿੱਗ ਜਾਣਾ ਆ। ਸਰਕਾਰ ਅੱਗੇ ਬੇਨਤੀ ਕਰਦੇ ਹਾਂ, ਟੋਲ ਪਲਾਜ਼ੇ ਵਾਲੀ ਰੋਡ ਦੇਖ ਲਓ, ਜਿੱਥੇ ਤਾਂ ਸਰਕਾਰ ਨੂੰ ਪੈਸਾ ਆਉਂਦਾ ਆ ਉਹ ਤਾਂ ਰੋਡ ਬਿਲਕੁਲ ਲਿਸ਼ਕ ਪੁਸ਼ਕ ਨੇ, ਅਤੇ ਜਿੱਥੇ ਸਰਕਾਰ ਨੂੰ ਪਤਾ ਆ ਵੀ ਕੋਈ ਰੁਪਈਆ ਨਹੀਂ ਮਿਲਣਾ, ਭਾਵੇਂ ਲੋਕਾਂ ਦੀ ਜਾਨ ਚਲ ਜਾਵੇ, ਭਾਵੇਂ 1000 ਬੰਦਾ ਨਿਕਲਦਾ ਹੋਵੇ, ਉਹਨਾਂ ਸਰਕਾਰ ਦਾ ਕੋਈ ਲੈਣ ਦੇਣ ਨਹੀਂ ਆ। ਉਹ ਰੋਡ ਅੱਜ ਤੋਂ 5-10 ਸਾਲ ਹੋ ਗਏ ਜਿਉਂ ਤੋਂ ਤਿਉਂ ਉੱਦਾਂ ਹੀ ਪਿਆ।
ਦਿਨ ਪਰ ਦਿਨ ਹੋਰ ਖਰਾਬ ਹੁੰਦਾ ਜਾ ਰਿਹਾ। ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਆ ਵੀ ਲੋਕਾਂ ਵੱਲ ਧਿਆਨ ਦਿਆ ਜਾਵੇ, ਜਾਨਾਂ ਬਹੁਤ ਕੀਮਤੀ ਨੇ, ਜੇ ਲੋਕ ਜਾਨਾਂ ਹੋਣਗੀਆਂ ਤਾਂ ਸਰਕਾਰਾਂ ਨੂੰ ਟੈਕਸ ਦਿੱਤਾ ਜਾਊਗਾ, ਤਾਂ ਉਹ ਤੁਹਾਡੇ ਟੋਲ ਪਲਾਜ਼ਾ ਚੱਲਣਗੇ। ਜੇ ਜਾਨਾਂ ਹੀ ਚਲਾ ਗਈਆਂ ਤੇ ਲੋਕ ਟੋਲ ਪਲਾਜ਼ਾ ਵੀ ਕਿੱਥੋਂ ਦੇਣਗੇ। ਧੰਨਵਾਦ। ਲਾਈਵ ਤੇਜ਼ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਪਾਹਵਾ ਦੀ ਵਿਸ਼ੇਸ਼ ਰਿਪੋਰਟ।